ਤੁਸੀਂ ਆਸਮਾਨ ਵਿੱਚ ਬਿਜਲੀ ਗੜਕਦੀ ਤਾਂ ਬਹੁਤ ਵਾਰ ਦੇਖੀ ਹੋਵੇਗੀ। ਕੀ ਤੁਸੀਂ ਕਦੇ ਅਸਲੀਅਤ ਵਿੱਚ ਕਿਸੇ ਇਨਸਾਨ ਉੱਪਰ ਬਿਜਲੀ ਗਿਰਦੀ ਵੇਖੀ ਹੈ? ਇਹ ਮਾਮਲਾ ਆ ਰਿਹਾ ਹੈ ਗੁੜਗਾਉਂ ਦੇ ਸੈਕਟਰ 82 ਤੋਂ, ਜਿੱਥੇ ਇੱਕ ਦਰਖਤ ਹੇਠਾਂ ਖੜ੍ਹੇ 4 ਵਿਅਕਤੀਆਂ ਦੇ ਉੱਪਰ ਬਿਜਲੀ ਗਿਰ ਗਈ। ਦੱਸਿਆ ਜਾ ਰਿਹਾ ਹੈ ਕਿ ਗੁੜਗਾਉਂ ਵਿੱਚ ਸਵੇਰ ਤੋਂ ਹੀ ਮੀਂਹ ਦਾ ਮੌਸਮ ਬਣਿਆ ਹੋਇਆ ਸੀ ਅਤੇ ਮੀਂਹ ਦੇ ਨਾਲ ਨਾਲ ਬਿਜਲੀ ਵੀ ਆਸਮਾਨ ਵਿੱਚ ਗੜਕ ਰਹੀ ਸੀ। 4 ਵਿਅਕਤੀ ਜੋ ਕਿ ਇੱਕ ਦਰਖਤ ਥੱਲੇ ਮੀਂਹ 'ਚ ਭਿੱਜਣ ਤੋਂ ਬਚਣ ਲਈ ਖੜ੍ਹੇ ਸਨ, ਉਹਨਾਂ ਉੱਤੇ ਬਿਜਲੀ ਗਿਰ ਗਈ, ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਤਾਂ ਮੌਤ ਹੋ ਗਈ ਅਤੇ ਇੱਕ ਵਿਅਕਤੀ ਇੰਟੈਂਸਿਵ ਕੇਅਰ ਵਿੱਚ ਦੱਸਿਆ ਜਾ ਰਿਹਾ ਹੈ ਅਤੇ ਬਾਕੀ ਦੇ 2 ਵਿਅਕਤੀ ਖਤਰੇ ਤੋਂ ਬਾਹਰ ਨੇ। ਇਹ ਸਾਰੀ ਘਟਨਾ ਨੇੜੇ ਬਿਲਡਿੰਗ ਵਿੱਚ ਲੱਗੇ ਇੱਕ CCTV ਵਿੱਚ ਕੈਦ ਹੋ ਗਈ। ਇੱਕ ਵਾਰ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ। ब्यूरो रिपोर्ट, K1 TV न्यूज़, इंडिया।